ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮੁ ਅਲੈਕੁਮ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅੱਜ ਅਸੀਂ ਜਾ ਰਹੇ ਹਾਂ ਟੋਟਲ ਫੈਕਟਰੀ ਦੇ ਮੁੰਡੇ ਨਾ ਨਹਿਰੇ ਨਹਾਉਣ ਜਾ ਰਹੇ ਨੇ, ਨਾਲ ਉੱਥੇ ਹਾਂਡੀ ਦਾ ਪ੍ਰੋਗਰਾਮ ਹੋਣਾ, ਖਾਣ ਪਕਾਉਣ ਹੋਣਾ, ਫੁੱਲ ਇੰਜੋਏ ਮਾਹੌਲ ਹੋਣਾ, ਉੱਥੇ ਜਾ ਕੇ ਤੁਹਾਨੂੰ ਪੂਰਾ ਮਾਹੌਲ ਦਿਖਾਵਾਂਗੇ ਇੰਜੋਏ ਕਰਕੇ। ਓਕੇ ਜੀ, ਬਾਬਾ ਜੀ ਸਿਆਲਕੋਟ। ਲਓ ਜੀ, ਅਸੀਂ ਮੁੰਡੇ ਕਲੀ ਨਹਿਰ ਦੇ ਕੋਲ ਪਹੁੰਚ ਗਏ ਹਾਂ ਅਤੇ ਹੁਣ ਉਹ ਸਾਈਡ 'ਤੇ ਖੱਬੀ ਸਾਈਡ ਨੂੰ ਅਸੀਂ ਟਰਨ ਹੋ ਜਾਣਾ ਲੈਫਟ ਸਾਈਡ 'ਤੇ। ਅੱਗੇ ਫਿਰ ਇੱਕ ਸੂਆ ਆਉਣਾ, ਰਾਣੇ ਕਿਲਾ ਸੂਆ, ਉੱਥੇ ਜਾ ਕੇ ਅਸੀਂ ਫਿਰ ਆਪਣਾ ਸ਼ਗੁਲ ਮੇਲਾ ਲਾਉਣਾ, ਉਹ ਵੀ ਤੁਹਾਨੂੰ ਦਿਖਾਵਾਂਗੇ ਇਨਸ਼ਾਅੱਲਾ ਜ਼ਰੂਰ। ਲਓ ਜੀ, ਇਹ ਅਸੀਂ ਹੁਣ ਪਰਤ ਗਏ ਹਾਂ ਰਾਣੇ ਕੇ ਸਾਈਡ 'ਤੇ, ਰਾਣੇ ਕੇ ਸੂਆ ਉੱਥੇ ਸਾਈਡ 'ਤੇ ਜਾਣਾ ਅਸਾਂ, ਅਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਓਕੇ ਜੀ, ਇਹ ਜੀ ਮੁੰਡੇ ਕੀ ਵਾਲੀ ਨਹਿਰ, ਠੀਕ ਹੈ। ਬਸ ਤਕਰੀਬਨ 2-2.5 ਕਿਲੋਮੀਟਰ ਦਾ ਸਫ਼ਰ ਹੈ, ਅਸੀਂ ਪਹੁੰਚ ਜਾਣਾ ਇਨਸ਼ਾਅੱਲਾ ਉੱਥੇ। ਲਓ ਜੀ, ਅਸੀਂ ਪਹੁੰਚ ਗਏ ਜੀ ਹੁਣ ਰਾਣੇ ਕੀ ਵਾਲੇ ਸੂਬੇ ਦੇ, ਠੀਕ ਹੈ ਜੀ। ਇਹ ਵਾਹ ਮੈਂ ਤਾਂ ਕਾਫੀ ਜ਼ਿਆਦਾ ਹੀ ਸ਼ੁਗਲ ਮੇਲਾ ਹੋ ਰਿਹਾ ਜੀ, ਇਹ ਚੈੱਕ ਕਰੋ। ਅਤੇ ਇੱਥੇ ਅਸੀਂ ਇੰਜੋਏ ਕਰਨਾ ਨਹਾਉਣਾ, ਦੇਖੋ ਜੀ ਇਹ ਜੀ ਅਸੀਂ ਪਹੁੰਚ ਗਏ। ਇਹ ਜੀ ਸਾਡਾ ਬੰਦਾ ਇਬਰਾਹੀਮ ਸਾਡੇ ਨਾਲ ਹੀ ਕੰਮ ਕਰਦਾ, ਦੁਕਾਨਾਂ ਸ਼ਾਨਾਂ ਲੱਗੀਆਂ ਨੇ। ਲਓ ਜੀ, ਇਹ ਮੁੰਡੇ ਦੇਖੋ ਜੀ, ਇਹ ਨਹਾ ਖਾਣ ਅਸੀਂ ਟਿਊਬਾਂ ਲੈ ਕੇ ਆ ਰਹੇ ਨੇ, ਕਿਆ ਬਾਤ ਹੈ। ਲਓ ਜੀ, ਲਓ ਜੀ, ਇਹ ਆਪਣੇ ਪਿੱਛੇ ਜੱਜਾ ਸਾਹਿਬ ਆ ਰਹੇ ਨੇ ਜੀ। ਲਓ ਜੀ, ਇਹ ਪਹੁੰਚ ਗਏ ਨੇ, ਇਹ ਵਾਮ ਸਾਡੀ ਪਹਿਲੀ ਆ ਖੜੀ ਹੈ, ਇਹ ਦਰਬਾਰ ਹੈ ਇੱਥੇ, ਠੀਕ ਹੈ ਜੀ। ਇੱਥੇ ਉਹਨਾਂ ਹਾਂਡੀ ਰੋਟੀ ਦਾ ਪ੍ਰੋਗਰਾਮ ਕਰਨਾ, ਇਹ ਵੇਖੋ ਜੀ ਇਹ ਵਾਮ ਖੜੀ ਹੈ ਇੱਥੇ, ਇਹ ਨਹਾਉਣ ਆਏ ਜੇ। ਲਓ ਜੀ, ਲਓ ਜੀ, ਇਹ ਵੀ ਮੁੰਡੇ ਪਹੁੰਚ ਗਏ ਜੇ। ਉਹ ਖੈਰ ਕਿਤੇ ਨਾ ਪਹੁੰਚ ਗਏ, ਲੱਗਦਾ ਇਸ ਬੰਦੇ ਨੇ ਨਹਾਉਣਾ ਨਾ, ਜੈਕਟ ਸ਼ੈਕਟ ਆਪਣੀ ਲੈ ਆਇਆ, ਚੈੱਕ ਕਰੋ ਜੀ। ਹੈਲੋ ਜੀ, ਕਾਫੀ ਮੁੰਡੇ ਆ ਗਏ ਨੇ। ਅਜੇ ਥੋੜ੍ਹੀ ਜਿਹੀ ਹੈ ਵਾਮ ਘੜੀ ਮਗਰ ਰਹਿ ਗਈ, ਉਹ ਵੀ ਪਹੁੰਚਣ ਵਾਲੇ ਨੇ। ਹਾਂ ਵੀ ਮੱਖਣੀ ਨਹਾਉਣਾ ਹੀ ਨਾ ਰੇ, ਮਾਰ ਵੀ ਨਾ ਲਾਣੀ ਤਾਰੀ। ਲਓ ਜੀ, ਇੱਕ ਕਾਜੀ ਸਾਹਿਬ ਵੀ ਆਏ ਜੇ, ਇਹ ਵੀ ਨਹਿਰੇ ਨਹਾਉਣ ਆਏ ਜੇ। ਹਾਂਜੀ, ਕੀ ਹਾਲ ਚਾਲ, ਠੀਕ ਹੋ? ਲਓ ਜੀ, ਇਹ ਜੇ ਪਿੱਛੇ ਨਹਿਰ ਡਿੱਗੀ ਵਾਲੀ, ਦੂਜੇ ਮੁੰਡੇ ਵੀ ਆ ਗਏ ਮੇਰੇ ਸਾਰੇ, ਹੁਣ ਪੂਰੀ ਹੋ ਗਈ ਵਾਹ। ਲਓ ਜੀ, ਇਹ ਵੀ ਵਾਮ ਪਹੁੰਚ ਗਈ, ਇਹ ਰਾਣੀ ਕਲੀ ਸੂਏ ਦੇ ਆਏ ਆ ਤੇ ਮੁੰਡੇ ਨਹਾਉਣ ਡੇ ਨੇ ਇੱਥੇ, ਚੈੱਕ ਕਰੋ। ਚਲ ਆ ਜੀ, ਆਈਆ ਤੁਸੀਂ, ਚੱਲ ਵੀ ਹੁੰਦੇ ਸਰ, ਮਾਰ ਛਾਲ ਮਾਰ। ਦੇਖੋ ਜੀ ਕਿੰਨੀ ਆਵਾਮ ਹੈ, ਗਰਮੀ ਵੀ ਬੜੀ ਹੈ, ਫੁੱਲ ਇੰਜੋਏ ਹੋ ਰਿਹਾ। ਇਹ ਮੁੰਡੇ ਹੁਣ ਇੰਜੋਏ ਕਰਦੇ ਪਏ ਆ ਗਏ ਜੀ। ਉਹ ਫਾਨੇ, ਤੈਨੂੰ ਤਾਂ ਜਾਂਚ ਨਹੀਂ ਹੈ, ਵੇਖੀ ਓਏ। ਆ ਦਨਿਆ ਧਿਆਨ ਨਾਲ, ਦਾਨੇ ਨੂੰ ਜਾਜੂ ਜਿਹਾ ਕੋਈ ਨੀ,
ਪਹੁੰਚ ਜਾ ਤੇ ਕੋਲ ਹੀ ਚੱਲ ਮਾਰ ਛਾਲ ਓ ਖੈਰ ਵੀ ਆ ਰਿਹਾ ਮਜ਼ਾ ਓਏ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਠੀਕ ਠਾਕ ਹੋ ਇਹ ਮੁੰਡੇ ਸਾਡੇ ਯਾਰ ਦੋਸਤ ਹੋਣ ਇਹ ਮੁੰਡੇ ਗਲੀ ਨਹਿਰ ਮੈਂ ਤਾਂ ਛਾਲ ਮਾਰਨੀ ਹੈ ਨਾ ਠੀਕ ਹੈ ਜੈਕਟਾਂ ਸ਼ੈਕਟਾਂ ਪਾਈਆਂ ਨੇ ਲਓ ਜੀ ਦੇਖੋ ਜੀ ਪਾਣੀ ਨਹਿਰ ਦਾ ਜ਼ਬਰਦਸਤ ਸੀਨ ਹੈਗਾ रहा था और हमारी फाइटिंग का जो वर्कर था उसने उसको बचा लिया है अल्लाह का लाख लाख शुक्र है कि वो बच गया है बाकी चाल मार दौरान चाल चाल मारी है चल यार तू मार चाल आ गया जे चलो जी रिजवान साहब चलो यार साहब ਓ ਖੈਰ ਹੋ ਗਈ ਓ ਖੈਰ ਹੋ ਗਈ ਓਏ ਚਲੋ ਚਲੋ ਹਾਂ ਬਾਜਵਾ ਨਹਾ ਲਿਆ ਜੀ ਹਾਂਜੀ ਹਾਂਜੀ ਚਲੋ ਫਿਰ ਓਕੇ ਬਾਬਾ ਜੀ ਚਾਲ ਕੋਟ ਮਾਰੋ ਛਾਲ ਮਾਰ ਲਈ ਛਾਲ ਮਾਰੋ ਛਾਲ चल 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 आ गई राम लॉय फोन एंजॉय कर रहे हैं ਅਮੋਲ ਵੀ ਆ ਗਿਆ ਬਾਹਰ ਤੂੰ ਜਾ ਰਿਹਾ ਜਿਵੇਂ ਲਾਸ਼ ਤਰਦੀ ਜਾਂਦੀ ਹੈ ਆ ਰਿਹਾ ਮਜ਼ਾ ਲਓ ਜੀ ਇਹ ਮੁੰਡੇ ਨਹਿਰ ਦੇ ਵਿੱਚ ਹੀ ਨਹਾ ਰਹੇ ਨੇ ਟੀਓ ਦੇ ਉੱਤੇ ਹੋਰ ਇੰਜੋਏ ਕਰਦੇ ਨੇ ਦੇਖੋ ਜੀ ਆਨੇ ਅੱਗੇ ਜਾ ਨਾ ਮਾਰ ਮਾਰ ਕੇ ਆ ਚੱਲ ਚੱਲ ਮਾਰ ਤੇ ਛਾਲ ਛਾਲ ਮਾਰ ਕਮਰ ਜੀ ਮਾਰ ਲਾ ਐਸਾ ਮਾਰ ਛਾਲ ਚੱਲ ਨਹੀਂ
ਵੇਖੋ ਜੀ ਮੈਂ ਰੋਟੀ ਖੁੱਲ ਗਈ ਜੇ ਸਾਰੀ ਆਵਾਮ ਪੈ ਗਈ ਹੈ ਵੇਖੋ ਇੰਜ ਕਰਦੇ ਪਰ ਜਿਵੇਂ ਲੱਭਣੇ ਨਹੀਂ ਬਾਅਦ ਚ ਚੈੱਕ ਕਰੋ ਆ ਵੇਖੋ ਕਿਵੇਂ ਇਹ ਸਾਰੇ ਅੰਬ ਖਾਣ ਦੇ ਜੇ ਅੰਬ ਲੈਣ ਸੇ ਇਕੱਠੇ ਹੋ ਗਏ ਓਏ ਜਿਹਨੂੰ ਅੰਬ ਨਾ ਲੱਭਾ ਇਤਰਾਜ ਨਾ ਕਰੇ ਵੇਖੋ ਜੀ ਸਾਰੇ ਮੁੰਡੇ ਅੰਬ ਖਾਣ ਆਣ ਡੇ ਨੇ ਜੀ ਵੇਖੋ ਉਹਨਾਂ ਦਾ ਹਾਲ ਤੁਹਾਡਾ ਭਲਾ ਜੇ ਸਾਰੇ ਅੰਬ ਚੁੱਕਣ ਡੇ ਨੇ ਲੰਗਰ ਖੁੱਲ ਗਿਆ ਇਹਨਾਂ ਦਾ ਅਜੇ ਆਉਂਦੀ ਨੇ ਚੂਪ ਰਹੇ ਰੋਟੀ ਦੀ ਤਿਆਰੀ ਹੋ ਰਹੀ ਹੈ ਭਾਰੀ ਇਹਨਾਂ ਰੋਟੀ ਪਕਾਉਣੀ ਹੈ ਲਓ ਜੀ ਇਹ ਰੋਟੀ ਤਿਆਰੀ ਹੋ ਰਹੀ ਹੈ ਚੁੱਲ੍ਹਾ ਛੁੱਲ੍ਹਾ ਆ ਗਿਆ ਬਰਤਨ ਵੀ ਆ ਗਏ ਨੇ ਇਹ ਸਾਰਾ ਕੁਝ ਇਹਨਾਂ ਕੱਟ ਕਟਾ ਲਿਆ ਲਓ ਜੀ ਇਹ ਗੋਸ਼ਤ ਜੀ ਧੋ ਕੇ ਰੱਖਿਆ ਇਹ ਭਾਂਡੇ ਲੈ ਕੇ ਆਏ ਨੇ ਉਹ ਚੁੱਲ੍ਹਾ ਅੱਗੇ ਚੱਲਦਾ ਪਿਆ ਅੰਦਰ ਇਹ ਮੁੰਡੇ ਲੱਗੇ ਨੇ ਜੀ ਉਹ ਅੰਬ ਲੈ ਕੇ ਆ ਰਹੇ ਨੇ ਲਓ ਜੀ ਇਹ ਮੁੰਡੇ ਲੱਗੇ ਨੇ ਛਾਲਾਂ ਮਾਰਨ ਨਹਿਰ 'ਚ ਓਏ ਤਾਰੀ ਦੀ ਜਾਂਚ ਕਿਹਨੂੰ ਕਿਹਨੂੰ ਓਏ ਚਲੋ ਜੀ ਚੱਲ ਦਿਨ ਆਉਣ ਚੱਲ 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 ਮਾਰ ਛਾਲ ਚਲੋ ਏ ਯਾਰ ਠੀਕ ਨਹੀਂ ਤਾਂ ਫਿਰ ਮੈਂ ਜਾਣਾ ਓਕੇ ਆ ਕਾਕਾ ਆ ਦਾ ਨੇ ਓਏ ਆਪਾਂ ਤੂੰ ਵੀ ਅਸਲਾਮ ਵਾਲੇਕੁਮ ਜੀ ਅਸੀਂ ਆਏ ਇੱਥੇ ਮੁੰਡੇ ਕੀ ਨਹਿਰ ਦੇ ਕੋਲ ਨਹਾਉਣਾ ਕਿ ਸੂਆ ਉੱਥੇ ਇੱਥੇ ਮੁੰਡੇ ਨਹਾਉਣ ਆਏ ਦਿਨ ਕੋਲ ਇੰਜੋਏ ਹੋ ਰਹੇ
ਇੰਜਾਏ ਕਰ ਰਹੇ ਨੇ ਮੈਨੂੰ ਲੱਗਦਾ ਉਹ ਜੀ ਇਹ ਰਾਣੇ ਕੇ ਜਿਹੜਾ ਨਾ ਸੂਆ ਉੱਥੇ ਖਲੋਤੇ ਆ ਮਾਰ ਹਾਂ ਛਾਲ ਜਰਾ ਮਾਰੇਗਾ ਚਲੋ ਜੀ ਮਾਰ ਛਾਲ ਹੋ ਗਿਆ ਸੁਦਤਾ चलो जी जिन्नी गर्मी पे आ रही है ना 43-43 टेम्परेचर है इस टाइम वाम आई है इतना आना से बड़ी रौनक लगी है ओ परा मुंडे कभी नहीं आ रहे इधर सुबह आया मजा फिर यहाँ मुंडे ट्यूपा दे ना आ रहे ने सुबह तो पानी का आटों बह ना टेंशन नहीं होती डूबन दी मैं परेशान नहीं होती कि डूब जाना ਨਹਿਰ 'ਚ ਤੁਹਾਨੂੰ ਪਤਾ ਪਾਣੀ ਗਹਿਰਾ ਹੁੰਦਾ ਸੂਏ ਦੇ ਘੱਟ ਹੁੰਦਾ ਉਹ ਜਿਵੇਂ ਆ ਉਹ ਨਹਾਉਣਾ ਨਹੀਂ ਓਏ ਲਾ ਧਾਰੀ ਇਹ ਟਿੱਕੇ ਪੂਰੇ ਦੁਕਾਨ ਲੱਗੀ ਇੱਥੇ ਜੀ ਇਧਰ ਪਕੌੜੀਆਂ ਲੱਗੀਆਂ ਨੇ ਇਧਰ ਤਿਆਰ ਹੋ ਰਹੀਆਂ ਨੇ ਮੁੰਡੇ ਖਾਈ ਜਾ ਰਹੇ ਨੇ ਲਈ ਜਾ ਰਹੇ ਨੇ ਇਧਰ ਵੀ ਲੱਗੇ ਜੀ ਮੁੰਡੇ ਰੋਟੀ ਖਾਣ ਓਏ ਕਿ ਇਹਨੇ ਬੂਟੀ ਪੀਤੀ ਮੁੰਡੇ ਨੇ ਹੱਸੀ ਜਾਣ ਡਿਆ ਹੱਸੀ ਜਾਣ ਡਿਆ ਦਾ ਹੱਸਾ ਨਹੀਂ ਬਣਦਾ ਨੌਕਰ ਬਾਂਦਰ ਬਣਿਆ ਓਏ ਤੂੰ ਵੀ ਬੂਟੀ ਪੀਤੀ ਤਾਂ ਵੇਖੋ ਬੂਟੀ ਪੀ ਕੇ ਹਾਲ ਹੁੰਦਾ ਜ਼ਾਹਰ ਕਰਦਾ ਕਿ ਮੈਂ ਬੂਟੀ ਨਹੀਂ ਪੀਤੀ ਉਹਨੇ ਵੀ ਪੀਤੀ ਉਹਦਾ ਹਾਸਾ ਨਹੀਂ ਬੰਦ ਹੋਣ ਡਿਆ ਬੂਟੀ ਪੀ ਕੇ ਹਾਲ ਹੁੰਦਾ ਜਦ ਫਿਰ ਪੀਣੀ ਆ ਕੀ ਤੂੰ ਪੀਤੀ ਹੈ ਤੇਰੀ ਅੱਖਾਂ ਦੱਸਦੀਆਂ ਵੀ ਇਹਨੇ ਪੀਤੀ ਤੇਰਾ ਹਾਸਾ ਨਹੀਂ ਰੁਕਦਾ ਫਿਰ ਵੇਖੋ ਜੀ ਇਹ ਬੂਟੀ ਪੀ ਕੇ ਕੀ ਹਾਲ ਹੁੰਦੇ ਆ ਲਓ ਜੀ ਇੱਧਰ ਖਾਣਾ ਤਿਆਰ ਹੋ ਰਿਹਾ ਮੁੰਡੇ ਜਿਹੜੇ ਆਏ ਹਨ ਬੈਠੇ ਹੋ ਫੁੱਲ ਇੰਜੋਏ ਕਰਨ ਹੋ ਜਨਾਬ ਹੁਣ ਥੱਕ ਗਏ ਨੇ ਮੁੰਡੇ ਬੈਠੇ ਨੇ ਆਰਾਮ ਕਰ ਰਹੇ ਨੇ ਨਾ ਨਾ ਕੇ ਥੱਕ ਗਏ ਭਾਜੀ ਕਿੰਨਾ ਟਾਈਮ ਰਹਿ ਗਿਆ ਜੇ ਇੱਕ ਘੰਟਾ ਜੇ ਇੱਕ ਘੰਟਾ ਲੱਗ ਜਾਣਾ ਜੀ ਆਹ ਦੇਖੋ ਦਰਬਾਰ ਹੈ ਜੀ ਰਾਮ ਸਾਫਰ ਦਰਬਾਰ ਹੈ ਰਾਣਾ ਦੇ ਰਾਣੇ ਕਿਹਦੇ ਕੋਲ ਹੈ ਰਾਮ ਸਾਫਰ ਦਰਬਾਰ ਰੌਣਕਾਂ ਲੱਗੀਆਂ ਨੇ ਜੀ ਲਓ ਜੀ ਆ ਚੱਕਰ ਸੋ ਬੰਦਾ ਹੈ ਭਾਈ ਰੋ ਫਿਕਰ ਪੈ ਗਈ 200 ਬੰਦਾ ਇੱਕ ਕਿਲ ਗੋਸ਼ਤ ਮੈਨੂੰ ਲੱਭਣਾ ਕਿ ਨਹੀਂ ਲੱਭਣਾ ਮੈਨੂੰ ਲੱਭਣਾ ਚਾਹੀਦਾ
ਚਲੋ ਜੀ ਬੋਲੋ ਹੁਣ ਦੱਸੋ ਲੋ ਜੀ ਹੁਣ ਵਾਂ ਬੈਠੀ ਗਏ ਐ ਮੁੰਡਾ ਨਹਿਰ ਤੇ ਆਉਂਦੇ ਨੇ ਛਾਲ ਮਾਰ ਗੱਡੀ ਇਹ ਬੋਲ ਤੋਂ ਤੇ ਜਨਾਬ ਟੋਪੀ ਚਲਾ ਦੇ ਓਏ ਇੱਧਰ ਮੂੰਹ ਦਿਖਾ ਓਏ 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 ਆ ਮੁੰਡਾ ਵੀ ਮਸਾ ਬੱਜਿਆ ਲੋ ਜੀ ਰੋਟੀ ਦਾ ਟਾਈਮ ਹੋ ਗਿਆ ਹੁਣ ਮੁੰਡੇ ਨਹਾ ਧੋ ਕੇ ਆ ਗਏ ਨੇ ਨਹਿਰੇ ਹੁਣ ਰੋਟੀ ਖਾਣ ਲੱਗੇ ਨੇ ਓਏ ਤੂੰ ਮੁੰਡੇ ਨੂੰ ਕਹੀ ਛਾਲ ਮਾਰ ਹੈ ਇਹਦੇ ਕਹਿੰਦੇ ਮੁੰਡੇ ਨੇ ਛਾਲ ਮਾਰ ਛੇੜੀ ਤੇ ਮੁੰਡਾ ਮਸਾ ਬੱਚਿਆ ਉਹਨੂੰ ਵਿਚਾਰੇ ਨੂੰ ਯਾਦ ਹੀ ਕੋਈ ਨਹੀਂ ਸੀ ਪਾਨ ਸਾਹਿਬ ਛੱਜ ਬਣੇ ਨੇ ਇਸ ਟਾਈਮ ਹੈ ਇਹ ਸਿੱਧੀਆਂ ਬੁੱਧੀਆਂ ਕਰਾ ਰਹੇ ਲੈਣਾ ਇਹ ਸਾਰੀ ਮਾਂ ਰੋਟੀ ਦੇ ਇੰਤਜ਼ਾਰ ਚ ਬੈਠੀ ਸੀ ਨਾ ਧੋ ਕੇ ਓਏ ਤੁਹਾਨੂੰ ਕੀ ਹੋ ਗਿਆ ਬਹਿੰਦੇ ਨੀ ਭਈ ਯਾਰ ਬਵੋ ਬਵੋ ਜਿੰਦਾਬਾਦ ਜਿੰਦਾਬਾਦ ਆਹ ਭਾਈ ਨੂੰ ਜਗ੍ਹਾ ਨਹੀਂ ਲੱਭਦੀ ਪਈ ਜੀ ਮੁੰਡੇ ਸਾਰੇ ਆਏ ਹਨ ਨਹਾਉਣ ਫੈਕਟਰੀ ਦੇ ਨਹਿਰ ਤੇ ਨਹਾਉਣ ਵਾਸਤੇ ਹੁਣ ਰੋਟੀ ਦਾ ਟਾਈਮ ਹੋਇਆ ਉਹ ਰੋਟੀ ਤਿਆਰ ਹੋ ਰਹੀ ਹੈ ਭਾਨੂੰ ਕੱਪੜੇ ਦੇ ਹਣੇ ਹਣੀ ਯਾਰ ਗੁਰਮੰਜੀ ਆ ਗਿਆ ਕਿੱਥੋਂ ਅਸੀਂ ਬੈਕ ਸਾਈਡ ਚੈੱਕ ਕਰੋ ਜੀ ਦੇਖੋ ਜੀ ਆਮ ਬੈਠੀ ਰੋਟੀ ਦੇ ਇੰਤਜ਼ਾਰ ਚ ਤੁਹਾਡਾ ਭਲਾ ਜੀ ਇਹ ਸੁਪਰਵਾਇਜ਼ਰ ਸਾਹਿਬ ਆਏ ਨੇ ਸ਼ਾਹਦ ਮਾੜੂ ਔਰ ਛੱਟੀ ਮਾਰ ਸ਼ਾਹ ਸਾਹਿਬ ਬੜੀ ਲੇਟ ਪਹੁੰਚੇ ਹੋ ਉੱਥੇ ਰੱਜ ਮਾਰਾ ਹੋਵੇ ਆਪਣਾ ਰੋਟੀ ਦਾ ਮਾਰਾ ਹੋ ਰੱਜ ਲਓ ਜੀ ਭਾਸ਼ਬੀਰ ਤੇ ਬਾਬਾ ਸ਼ੋਕਾ ਤੇ ਸਾਦ ਚਿੱਟਾ ਲੈ ਕੇ ਆ ਰਹੇ ਨੇ ਰੋਟੀ ਇਹ ਵਰਤਾਵੇ ਬਣੇ ਨੇ ਜੀ ਲੰਗਰ ਤਕਸੀਮ ਹੋਣ ਲੱਗਾ ਸ਼ਾਹ ਸਾਹਿਬ ਆਏ ਨੇ ਆਪਣੇ ਸੁਪਰਵਾਇਜ਼ਰ ਸਾਹਿਬ ਹੁਣ ਸਭ ਤੋਂ ਫਰਮਾਣਗੇ ਦੱਸੋ ਜੀ ਇਹ ਬੰਦਾ ਹੱਸੀ ਜਾਂਦਾ ਕੋਈ ਗੱਲ ਨਹੀਂ ਕਰਦਾ ਨਹੀਂ ਨਹੀਂ ਲਾਈ ਜੀ ਬਿਸਮਿਲਾ ਜੀ ਬਿਸਮਿਲਾ ਖਾਣਾ ਸ਼ੁਰੂ ਹੋ ਗਿਆ ਭਾਸ਼ਵੀਰ ਪਾਨਾ ਆ ਦਾਨਾ ਲਓ ਜੀ ਰੋਟੀ ਹੁਣ ਤਿਆਰ ਹੋ ਗਈ ਹੈ ਆ ਗਏ ਨੇ ਸਾਰੇ ਆ ਗਏ ਨੇ ਸਾਜੀ ਬਹੁਤ ਪਰੇਸ਼ਾਨ ਲੱਗ ਰਿਹਾ ਤੂੰ ਰੋਟੀ ਤੋਂ
ਉਸਤਾਦ ਹੀ ਰੋ ਕੀ ਪਰੇਸ਼ਾਨੀ ਤੂੰ ਬਹੁਤ ਬੋਲ ਰਿਹਾ ਤੈਨੂੰ ਰੋਟੀ ਨਹੀਂ ਲੱਭੀ ਪਰੇਸ਼ਾਨੀ ਕੋਈ ਨਹੀਂ ਐਂਦੇ ਰੰਗ ਲਿਆ ਨਾ ਤੂੰ ਆਮ ਬੜੇ ਨੇ ਭੇਡੇ ਲਾ ਜੀ ਹੋ ਗਈ ਹੌਂ ਸਲਾ ਕਰੋ ਹੌਂ ਸਲਾ ਕਰੋ ਲਾ ਜੀ ਰੋਟੀ ਤਾਂ ਕੀ ਹੋ ਰਹੀ ਹੁਣ ਨਹੀਂ ਆਏਗਾ ਆਏਗਾ ਜਲਦੀ ਆਏਗਾ ਇਹ ਤਬਦੀਲੀ ਨਹੀਂ ਨਵੇਂ ਪਾਕਿਸਤਾਨ ਦੀ ਸਾਲਾਂ ਨੇ ਜਲਦੀ ਆਈਏਗਾ ਤੁਸੀਂ ਅੱਛੇ ਦੀ ਉਮੀਦ ਰੱਖੋ ਓ ਕਾਕਾ ਤੂੰ ਕਿੱਧਰ ਆ ਰਿਹਾ ਓਏ ਲੰਘ ਜਾ ਚਾਚਾ ਬਹੁਤ ਬੇਚੈਨ ਹੈ ਬਹੁਤ ਤਰਸਿਆ ਹੋਵੇ ਰੋਟੀ ਤੋਂ ਅੱਛਾ ਚਾਚੇ ਨੂੰ ਸਭ ਤੋਂ ਪਹਿਲਾਂ ਰੋਟੀ ਦੇਣੀ ਜੇ ਇਸ ਵਾਰ ਰੋਟੀ ਵੀ ਖਾ ਕੇ ਆਇਆ ਘਰੋਂ ਇਹ ਬੰਦਾ ਸਿਆਣਾ ਲੱਗਦਾ ਮੈਨੂੰ ਹਾਂਜੀ ਭਾਜੀ ਪਾਣੀ ਸਮੁੰਦਰ ਜਾ ਕੇ ਡਿੱਗੇਗਾ ਨਾ ਹੈ ਸਾਹ ਸ਼ੇਰੇ ਜੱਗੂ ਤੂੰ ਬੂਟੀ ਪੀਤੀ ਤੇਰੀ ਬੂਟੀ ਲੱਗ ਗਈ ਸਰ ਤੁਸੀਂ ਤੋਂ ਇੰਨਾ ਪਰੇਸ਼ਾਨ ਬੈਠੇ ਤੁਹਾਡਾ ਬਿੱਲ ਬਹੁਤ ਆ ਗਿਆ ਹੱਸੋ ਖੇਡੋ ਇੰਜੋਏ ਕਰੋ ਕੀ ਕਰਦੇ ਪਏ ਨਿਊ ਜਨਰੇਸ਼ਨ ਚ ਰੋਟੀ ਭੁੱਲ ਗਈ ਤੇ ਮੋਬਾਈਲਾਂ ਧਿਆਨੇ ਲੱਗੀ ਵਾ ਦੇਖੋ ਹੈਲੋ ਬਚ ਗਿਆ ਅੱਛਾ ਅੱਛਾ ਚੱਲ ਠੀਕ ਵਾਂਗਰੀਆਂ ਪਲੇਟਾਂ ਲੈ ਕੇ ਆਈ ਚਾਚਾ ਬਹੁਤ ਪਰੇਸ਼ਾਨ ਹੈ
ਚਾਚਾ ਕਲਬ ਵਾਲਾ ਜਿਹੜਾ ਨਾ ਰੋਟੀ ਤੋਂ ਬਹੁਤ ਪਰੇਸ਼ਾਨ ਹੋਇਆ ਇਹ ਤੁਹਾਨੂੰ ਚਾਚਾ ਦੱਸ ਨੇ ਜਿਹਨੂੰ ਬੜੀ ਭੁੱਖ ਲੱਗੀ ਤੇ ਕਹਿੰਦਾ ਜਲਦੀ ਰੋਟੀ ਲਿਆ ਬਹੁਤ ਪਰੇਸ਼ਾਨ ਹੋਇਆ ਕਹਿੰਦਾ ਪਲੇਟਾਂ ਨਹੀਂ ਲੱਗ ਗਈ ਨੇ ਕਿ ਮੇਰੇ ਆਸੇ ਵੀ ਲਿਆਓ ਤੁਹਾਨੂੰ ਚਾਚਾ ਦਿਖਾਉਂਦੇ ਆ ਹੈ ਇਹ ਚਾਚੇ ਰੀ ਜਿਹੜੇ ਪਰੇਸ਼ਾਨ ਸਨ ਆ ਗਈ ਰੋਟੀ ਹਾਂ ਪਰੇਸ਼ਾਨ ਨਾ ਹੋ ਤੁਸੀਂ ਸਾਲਣ ਵੀ ਆਉਣ ਲੱਗਾ ਬਾਬਾ ਜੀ ਸਾਰੀਆਂ ਖਾਣੀਆਂ ਰੋਟੀਆਂ ਨਹੀਂ ਤੁਸੀਂ ਆਪਣਾ ਤਾਂ ਸੋ ਤੇ ਬੰਦੇ ਨੇ ਨਹੀਂ ਨਹੀਂ ਅੱਲਾ ਮਾਫੀ ਦੇ ਇਹ ਜੀ ਆਪਣੇ ਇਬਰਾਹਿਮ ਭਾਈ ਹੈ ਆਪਣੇ ਆਦਿਵਾਸੀ ਭਾਈ ਅੱਛਾ ਅੱਛਾ ਜੀ ਲੋ ਜੀ ਇਰਫਾਨ ਭਾਈ ਹੈ ਸਾਲਾ ਲੈ ਕੇ ਜਾ ਰਹੇ ਸਾਗ ਕਾਲੇ ਦਾ ਪਸੀਨਾ ਵੀ ਸਾਫ਼ ਕਰੋ ਯਾਰ ਨਹੀਂ ਗਰਮੀ ਚ ਸਾਗ ਕਾਲਾ ਲੱਗਾ ਆਵਾਮ ਦੀ ਸੇਵਾ ਕਰਨ ਲੋ ਜੀ ਆਵਾਮ ਸ਼ੁਰੂ ਹੋ ਗਈ ਹੁਣ ਰੋਟੀ ਖਾਣਾ ਨਹੀਂ ਨਹੀਂ ਤੁਸੀਂ ਤੁਰੋ ਤੁਰੋ ਤੁਸੀਂ ਸ਼ੁਰੂ ਖਾਓ ਤੁਸੀਂ ਮੈਂ ਵੀ ਆਉਂਦਾ ਲੋ ਆਣਾ ਓਏ ਉਹ ਪੇਟੀ ਰੋਟੀ ਲੱਭੀ ਆ ਇੱਥੇ ਵੀ ਉੱਥੇ ਇੱਥੇ ਨਹੀਂ ਲੱਭੀ ਤੈਨੂੰ ਪੁੱਛੋ ਯਾਰ ਪੁੱਛੋ ਭੈਣ ਨੂੰ ਪੁੱਛ ਲਵੇ ਭੈਣ ਰੋਟੀ ਪੁੱਛ ਲਓ ਬੋਤਲ ਛੋਟੋ ਕੋ ਪੀਣੀ ਹੋਏ ਕੈਸਾ ਟੇਸਟ ਭਾਜੀ ਰੋਟੀ ਦਾ ਠੀਕ ਹੈ ਸਾਰੇ ਭਰਾ ਰੋਟੀ ਖਾ ਬੈਠੇ ਨੇ ਹਾਂਜੀ ਆਇਆ ਮਜ਼ਾ ਚਲੋ ਜੀ ਇੱਧਰ ਵੀ ਰੋਟੀ ਮੁੱਕ ਗਈ ਹਾਂਜੀ ਆਪਣ ਭਾਈ ਆਇਆ ਮਜ਼ਾ ਹਾਂ ਦੱਸੋ ਜੀ ਨਹੀਂ ਰੋਟੀ ਲੱਗੀ ਤੁਹਾਨੂੰ ਲੋ ਜੀ ਇੱਧਰ ਰੋਟੀ ਖਤਮ ਹੋ ਗਈ ਹੁਣ ਰੋਟੀ ਰੋਟੀ ਜਿਹੜੀ ਖਾ ਕੇ ਪਈ ਹੁਣ ਜਾਣ ਨੂੰ ਲੱਗੇ ਨੇ ਤਿਆਰ ਹੋਣ ਲਓ ਜੀ ਹਾਂ ਰੱਜ ਕੇ ਪੀ ਰੱਜ ਕੇ ਲਓ ਜੀ ਹੁਣ ਮੁੰਡਾ ਸ਼ੁਰੂ ਕਰ ਕੋਈ ਸ਼ੁਰੂ ਕਰ ਲਈ ਹੋ ਹਾਂ ਜੀ ਪਿਆ ਹੋ ਗਿਆ ਰੱਜ ਬੋਤਲ ਨਹੀਂ ਆਉਣੀ ਸਾਨੂੰ ਜਾਣਾ ਪੈਣਾ ਦੂਜੀ ਰੋਟੀ ਨੀ ਲੱਗੀ ਤੁਹਾਨੂੰ ਦੇਖੋ ਜੀ ਆ ਗਈ ਜੀ ਆ ਗਈ ਮੁੰਡਾ ਨਾ ਬਹੁਤ ਪਰੇਸ਼ਾਨ ਸੀ ਇਹ ਪ੍ਰੈਸ ਜਾ ਰਿਕਾਰਡ ਕਰਾ ਰਿਹਾ ਸੀ ਕਿ ਬੋਤਲ ਨਹੀਂ ਲੱਗੀ ਹੁਣ ਬੋਤਲ ਲੱਗ ਗਈ ਹਾਂ ਬਾਜਵਾ
Like it.